पुकार पुकार बहुत
Oh,
सेवक जो लाया से
कभी जीत के हार वो विद के हार।
ਸੋ ਬੜਾ ਹੋ ਗਿਆ ਬੋਲਦੇ ਹਾਂ
some gravy. Some gravy. Que es la de aquí. ਤਲਵਾਰਾਂ ਨੇ ਦੇਹ ਨਾ ਹੋਵੇ ਤੇ ਤਲਵਾਰਾਂ ਕਿਉਂ ਨੇ ਉੱਥੇ ਦੇਵਤੇ ਇੱਕ ਦੂਜੇ ਦੀ ਵੱਢ ਕੱਟ ਲੜ ਰਹੇ ਨੇ ਵਿਚਾਰੀ ਨੇ ਜੇ ਦੇਹ ਨਾ ਹੁੰਦੀ ਦੇਵਤਿਆਂ ਕੋਲ ਤਾਂ ਕੁਝ ਵੀ ਨਾ ਹੋ ਸਕਦਾ ਹਰ ਦੇਵਤੇ ਦੀ ਉੱਥੇ ਕੋਈ ਦੇਹ ਨਿਸ਼ਚਿਤ ਕਰਕੇ ਦਿਖਾਈ ਗਈ ਤੜਾਗੀਆਂ ਨਾਲ ਘੁੰਗਰੂ ਵੱਜੇ ਹੋਏ ਨੇ ਦੇਵਤਿਆਂ ਦੀਆਂ ਗੱਲਾਂ ਪੜ੍ਹ ਕੇ ਦੇਖ ਲਓ ਕੋਈ ਦੇਵਤਾ ਐਸਾ ਨਹੀਂ ਉਹਨਾਂ ਗ੍ਰੰਥਾਂ ਵਿੱਚ ਸਾਬਤ ਕੀਤਾ ਗਿਆ ਜਿਸ ਗ੍ਰੰਥ ਜਿਸ ਦੇਵਤੇ ਕੋਲ ਦੇਹ ਨਾ ਹੋਵੇ ਇੱਥੇ ਬਾਬਾ ਕਬੀਰ ਕਹਿੰਦੇ ਦੇਹੀ ਤਾਂ ਸਿਮਰ ਰਹੇ ਨੂੰ ਯਾਦ ਕਰ ਰਹੇ ਉਡੀਕ ਰਹੇ ਨੂੰ ਚਾਹਤ ਰੱਖੇ ਮਨ ਚ ਵੀ ਸਾਨੂੰ ਭਲਾ ਸਾਨੂੰ ਵੀ ਇਹਦੇ ਮਿਲ ਜਾਏ ਇਹਨਾਂ ਮਤਲਬ ਉਹਨਾਂ ਕੋਲ ਦੇ ਨਹੀਂ ਫਿਰ ਦੇਵਤੇ ਕਿਵੇਂ ਹੋਏ ਸੇਵਾ ਤੇ ਭਗਤ ਕਮਾਈ ਕੀਤੀ ਤਾਂ ਇਹ ਮਨੁੱਖਾਂ ਦੇ ਮਿਲੀ
ਕਿ ਜੇ ਅਸੀਂ ਇਹੋ ਅਰਥ ਕਰਾਂਗੇ ਫਿਰ ਤਾਂ ਮਸਲਾ ਖੜਾ ਹੋ ਗਿਆ ਹੈਗਾ, ਤੇ ਫਿਰ ਜੇ ਤਾਂ ਮਿਲੀ ਤਾਂ ਜਿਹੜੀ ਗੁਰੂ ਸੇਵਾ ਕੀਤੀ ਉਹ ਮਨੁੱਖਾਂ ਦੇ ਹੀ ਤੁਬੜੇ ਕੀਤੀ। ਜਿਹੜੀ ਭਗਤ ਕਮਾਈ ਹੈ ਮਨੁੱਖਾਂ ਦੇ ਹੀ ਤਾਂ ਜੇ ਮਿਲੀ ਹੈ ਬਾਅਦ ਵਿੱਚ, ਮਨੁੱਖਾਂ ਦੀ ਤਾਂ ਬਾਅਦ ਮਿਲੀ ਨੇ ਕੁਛ ਸੇਵਾ ਤੇ ਭਗਤ ਕਮਾਈ, ਤਾਂ ਇਹ ਮਾਨਸ ਨਹੀਂ ਪਾਈ। ਇਹਦਾ ਮਤਲਬ ਜਦੋਂ ਗੁਰੂ ਸੇਵਾ ਤੇ ਭਗਤ ਕਮਾਈ ਉਦੋਂ ਮਨੁੱਖਾਂ ਦੇ ਕੋਲ ਨਹੀਂ ਸੀ, ਤੇ ਜੇ ਮਨੁੱਖਾਂ ਦੇ ਕੋਲ ਨਹੀਂ ਸੀ ਤੇ ਗੁਰੂ ਸੇਵਾ ਤੇ ਭਗਤੀ ਕਿਉਂ ਹੋ ਸਕਦੀ। ਬਾਬਾ ਕਬੀਰ ਜੀ ਦੇ ਸ਼ਬਦ ਆਪ ਪਹਿਲੇ ਆ ਚੁੱਕਾ ਹੈ, ਕਹਿੰਦੇ ਨੇ ਭਗਤੀ ਹੋ ਹੀ ਨਹੀਂ ਸਕਦੀ ਜਿੰਨੀ ਦੇਰ ਮਨੁੱਖਾਂ ਦੇ ਹੀ ਨਾ ਮਿਲੇ। ਕਹਿਣ ਲੱਗੇ ਚਾਰ ਪਾਵ ਦੋ ਸਿੰਘ ਗੁੰਗ ਮੁੱਖ, ਬਾਬਾ ਕਬੀਰ ਜੀ ਦੇ ਸ਼ਬਦ ਆ ਚੁੱਕਾ ਹੈ, ਚਾਰ ਪਾਵ ਦੋ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਭਾਵ ਜਦੋਂ ਤੂੰ ਪਸ਼ੂ ਦੇ ਵਿੱਚ ਸਹਿਜੀ ਮਨੁੱਖਾਂ ਦੇ ਹੀ ਤੈਨੂੰ ਨਹੀਂ ਸੀ ਮਿਲੇ, ਤੇਰੇ ਚਾਰ ਪੈਰ ਸਨ ਦੋ ਸਿੰਘ ਸਨ ਮੂੰਹ ਤੋਂ ਗੂੰਗਾ ਸੈ, ਉਦੋਂ ਤੋਂ ਭਗਤੀ ਕਿਵੇਂ ਕਰ ਸਕਦਾ ਸੀ। ਚਾਰ ਪਾਵ ਦੋ ਸਿੰਘ ਗੁੰਗ ਮੁੱਖ ਤਬ ਕੈਸੇ ਗੁੰਮ ਗਈ ਹੈ, ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ, ਹਰ ਦਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਪੇ ਕਾਦਨ ਕੋਦੋ ਕੋ ਸੁਖਈ ਹੈ। ਮਨੁੱਖਾਂ ਦੀ ਨਹੀਂ ਫਿਰ ਗੁਰੂ ਸੇਵਾ ਤੇ ਭਗਤ ਵੀ ਨਹੀਂ ਹੋ ਸਕਦੀ। ਇਸ ਲਈ ਖਿਆਲ ਕਰਿਓ ਜੇ ਅਸੀਂ ਆਪਣੀ ਕਿਰਤ ਤੇ ਆਪਣੀ ਕਿਸੇ ਸ਼ਰਤ ਤੇ ਮਨੁੱਖਾਂ ਦੇ ਹੀ ਪ੍ਰਾਪਤ ਕੀਤੀ ਹੈ ਤੇ ਫਿਰ ਪ੍ਰਭੂ ਦੀ ਰਹਿਮਤ ਦਾ ਕੀ ਮਸਲਾ ਰਹਿ ਗਿਆ। ਉਹਦੇ ਕੋਲ ਮਿਲਣ ਦਾ ਕੀ ਮਸਲਾ ਰਹਿ ਗਿਆ। ਸ਼ਬਦ ਇੱਕ ਲਾਈਨ ਹੈ, ਜਨਮ ਦੁਲੰਬ ਹੈ ਹੋਤ ਨਾ ਬਾਰੰਬਾਰ, ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰੱਖਿਆ ਜਿਨ ਕਰ ਜਤਨ। ਇਹ ਸਾਰਾ ਪ੍ਰੋਸੈਸ ਉਤਰ ਚੱਲ ਰਿਹਾ, ਜਿਨ ਕੀਤਾ ਮਾਟੀ ਤੇ ਰਤਨ ਕਬੀਰਾ ਧੂਰ ਸਕੇਲ ਕੇ, ਧੂਰ ਸਕੇਲ ਕੇ ਪੁਰੀਆ ਬਾਂਧੀ ਦੇ। ਬੰਨਣ ਵਾਲਾ ਕੌਣ? ਮਿੱਟੀ ਤੋਂ ਹੀਰੇ ਜੈਸਾ ਜਨਮ ਹੈ, ਇਹ ਬਣਾਉਣ ਵਾਲਾ ਦੇਣ ਵਾਲਾ ਬਖਸ਼ਿਸ਼ ਕਰਨ ਵਾਲਾ ਤਾਂ ਉਹ ਹੈ। ਹਾਂ ਇਹ ਗੱਲ ਵੱਖਰੀ ਹੈ ਜਦੋਂ ਬਖਸ਼ਿਸ਼ ਕਰਦਾ ਉਹਦਾ ਕਰਤੱਵ ਨਿਸ਼ਚਿਤ ਕਰ ਦਿੰਦਾ, ਮੈਂ ਆਹ ਚੀਜ਼ ਤੈਨੂੰ ਦੇ ਰਿਹਾ ਤੇ ਇਸ ਕੰਮ ਲਈ ਦੇ ਰਿਹਾ, ਤੇ ਜੇ ਉਸ ਕੰਮ ਨੂੰ ਪਹਿਲਾਂ ਕਰਕੇ ਉਹ ਚੀਜ਼ ਲਈਏ ਫਿਰ ਤਾਂ ਅਸੀਂ ਕੁਝ ਕਰਕੇ ਖਰੀਦੀਏ, ਉਹਦਾ ਕੋਈ ਅਸਾਨ ਨਹੀਂ।
ਤੇ ਫਿਰ ਉਹ ਕੰਮ ਕਿਵੇਂ ਕੀਤਾ? ਉਦੋਂ ਦੇਹ ਤੇ ਹੈ ਨਹੀਂ ਸੀ, ਮਾਨਸ ਜਨਮ ਤੇ ਹੈ ਨਹੀਂ ਸੀ। ਇਸ ਸਾਰੀ ਗੱਲ ਦਾ ਜਵਾਬ ਰਹਾ ਉਹਦੀ ਧੁੱਪ ਵਿੱਚ, ਰਹਾ ਉਹਦੀ ਧੁੱਪ ਵਿੱਚ। ਕਹਿਣ ਲੱਗੇ ਜੀਵਨ ਹੈ ਕਿ ਮਨੁੱਖਾ ਜਨਮ ਦਾ ਜੀਵਨ ਕੀ ਹੈ? ਇੱਕ ਸਮਾਂ, ਨਿਸ਼ਚਿਤ ਸਮਾਂ। ਜੀਵਨ ਦਾ ਅਰਥ ਹੀ ਸਮੇਂ ਦਾ ਸੰਗ੍ਰਹਿ ਹੈ। ਕਿਸੇ ਨੂੰ 10 ਸਾਲ, ਕਿਸੇ ਨੂੰ 20 ਸਾਲ, ਕਿਸੇ ਨੂੰ 50 ਸਾਲ, ਕੋਈ 100 ਸਾਲ। ਜੀਵਨ ਕਿਸੇ ਦਾ ਜਿਹੜਾ ਹੈ ਉਹ ਸਮੇਂ ਦੇ ਸੰਗ੍ਰਹਿ ਨੂੰ ਜੀਵਨ ਆਖਦੇ। ਰਾਹ ਦੀ ਤੁੱਕ ਵਿੱਚ ਜਾ ਕੇ ਫੈਸਲਾ ਦੇ ਦਿੱਤਾ ਕਿ ਸਮਾਂ ਜਿਹੜਾ ਮਿਲਿਆ ਹੈ, ਜਿਹੜਾ ਬੜਾ ਗਨੀਮਤ ਹੈ, ਬੜਾ ਕੀਮਤੀ ਹੈ, ਜਿਹਦਾ ਮੁੜ ਬਦਲ ਕੋਈ ਨਹੀਂ, ਇਹ ਜੀਵਨ ਦੀ ਬਾਜੀ ਹਾਰ ਜਾਏਗਾ। ਬਾਕੀ ਸਾਰੇ ਸ਼ਬਦ ਇਸ ਗੱਲ ਨੂੰ ਸਪਸ਼ਟ ਕਰ ਰਹੇ। ਮਾਨਸ ਜਨਮ ਦਾ ਇਹੀ ਲਾਭ, ਜਬ ਲੱਗ ਜਰਾ ਰੋਗ ਨਹੀਂ ਆਇਆ। ਕਿਉਂਕਿ ਕਾਇਆ ਨੂੰ ਰੋਗ ਆਣਾ ਹੈ ਬੁਢੇਪੇ ਦਾ, ਸਰੀਰ ਬੁੱਢਾ ਹੁੰਦਾ ਤੇ ਸਰੀਰ ਨੂੰ ਕਾਲ ਵੀ ਖਾਂਦਾ, ਸਰੀਰ ਕਾਲ ਦੇ ਵਸ ਵਿੱਚ ਹੈ ਤੇ ਉਸ ਬੁਢੇਪੇ ਦੇ ਕਾਰਨ ਸਰੀਰ ਨਿਰਬਲ ਵੀ ਹੁੰਦਾ ਤੇ ਜਦੋਂ ਨਿਰਬਲ ਹੁੰਦਾ ਉਹਦੀ ਬੋਲੀ ਵੀ ਥਿੜਕਣ ਲੱਗ ਪੈਂਦੀ ਹੈ। ਸ਼ਬਦਾਵਲੀ, ਬੋਲਣ ਦਾ ਸਟਾਈਲ ਬਦਲ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਖੋਰਥਾਂ ਵੀ ਆਖਿਆ, ਕਹਿਣ ਲੱਗੇ ਅੱਖਾਂ ਚੋਂ ਪਾਣੀ ਬਦਲਣ ਲੱਗ ਪਿਆ, ਦੱਸਦਾ ਨਹੀਂ, ਤਨਖੀਨ ਹੋ ਗਿਆ, ਕਮਜ਼ੋਰ ਹੋ ਗਿਆ, ਨਿਰਬਲ ਹੋ ਗਿਆ। ਜਿਹੜੇ
ਕੇਸ ਸਨ ਉਹ ਦੁੱਧ ਵਾਨੀ ਭਾਵ ਦੁੱਧ ਵਰਗੇ ਚਿੱਟੇ ਹੋ ਗਏ। ਗਲਾ ਰੁਕਣ ਲੱਗ ਪਿਆ, ਸ਼ਬਦਾਵਲੀ ਖਿੜਕਣ ਲੱਗ ਪਈ। ਹੁਣ ਚੀਜ਼ ਤਾਂ ਮਿਲੀ ਹੋਈ ਸੀ, ਪਰ ਉਹ ਸਾਰੀਆਂ ਚੀਜ਼ਾਂ ਪ੍ਰਤੀ ਵੀ ਸੁਚੇਤ ਕਰ ਦਿੱਤਾ, ਕਹਿਣ ਲੱਗੇ ਤੈਨੂੰ ਮਨੁੱਖਾ ਦੇਹੀ ਮਿਲ ਗਈ ਹੈ ਤੇ ਐਸ ਕਰਤੱਵ ਲਈ ਮਿਲੀ ਹੈ, ਪਰ ਇੱਕ ਖਿਆਲ ਕਰੀ, ਜੇ ਇਸ ਜੀਵਨ ਦੇ ਸਮੇਂ ਨੂੰ ਨਹੀਂ ਸੰਭਾਲੇਗਾ ਇਹਨੇ ਹਮੇਸ਼ਾ ਨਹੀਂ ਰਹਿਣਾ। ਕੀਮਤੀ ਚੀਜ਼ ਹੈ, ਪਰ ਇੱਕ ਖਿਆਲ ਕਰੀ, ਹੈ ਸਮਾਂ ਤੇ ਗਿਣਿਆ ਮਿੱਥਿਆ ਸਮਾਂ, ਲਿਮਿਟਿਡ ਸਮਾਂ, ਨਾ ਵਧਾਇਆ ਜਾ ਸਕਦਾ ਨਾ ਘਟਾਇਆ ਜਾ ਸਕਦਾ, ਇਹਦਾ ਬਦਲ ਵੀ ਕੋਈ ਨਹੀਂ। ਤੇ ਇਹ ਖਿਆਲ ਕਰੀ ਇਹ ਹਮੇਸ਼ਾ ਨਹੀਂ ਰਹਿਣਾ, ਇਹਦੇ ਵਿੱਚ ਪਹਿਲਾਂ ਬੁਢੇਪਾ ਹੋਵੇਗਾ, ਜਰਾ ਰੋਗ, ਫਿਰ ਮੌਤ ਵੀ ਆਏਗੀ, ਕਾਲ ਵੀ ਇਸਨੂੰ ਗ੍ਰਸੇਗਾ, ਤੇ ਉਹਦੇ ਤੋਂ ਪਹਿਲਾਂ ਇਹ ਨਿਰਬਲ ਵੀ ਇੰਨਾ ਹੋ ਜਾਏਗਾ ਕਿ ਤੇਰੇ ਕੋਲ ਜ਼ਬਾਨ ਹੋਏਗੀ, ਤੇਰੇ ਕੋਲ ਮੂੰਹ ਹੋਏਗਾ, ਪਰ ਤੂੰ ਬੋਲ ਨਹੀਂ ਸਕੇਗਾ। ਕਹਿਣ ਲੱਗੇ ਕਿਉਂ ਉਸ ਸਮੇਂ ਤੱਕ ਉਡੀਕ ਕਰਨਾ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗਸੀ ਨਹੀਂ ਕਾਇਆ, ਜਬ ਲੱਗ ਬਿਕਲ ਭਾਈ ਕੀਰਤਨ ਕਰਦੇ ਵੀ ਮੈਂ ਇੱਕ ਵਾਰੀ ਇੱਕ ਲਫ਼ਜ਼ ਕਹਿ ਸਕਦਾ ਕਿ ਦਰਵਾਜ਼ੇ ਤੇ ਬੁਢੇਪਾ ਖੜਾ ਹੈ, ਸਰੀਰ ਤੇ ਘਰ ਤੇ ਕਾਬਜ਼ ਹੈ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ ਹੋ ਰਿਹਾ। ਗੁਰਬਾਣੀ ਦੀ ਤੁਕ ਆਈ ਸੀ, ਜਰ ਆਈ ਜੋਬਨ ਹਾਰਿਆ, ਸਹੀ ਵਾਰ ਦੀ ਪੌੜੀ। ਹੁਣ ਜਵਾਨੀ ਜਿਹੜੀ ਹੈ, ਜੋਬਨ ਜਿਹੜਾ ਹੈ, ਉਹ ਘਰ ਤੇ ਕਾਬਜ਼ ਹੈ, ਸਰੀਰ ਇੱਕ ਘਰ ਹੈ, ਜੋਬਨ ਕੋਲ ਉਹਦੇ ਕਾਬਜ਼ ਹੈ, ਤੇ ਬੁਢੇਪਾ ਦਰਵਾਜ਼ੇ ਤੇ ਖਲੋਤਾ, ਅਜੇ ਉਹ ਕਾਬਜ਼ ਨਹੀਂ ਹੋਇਆ, ਅੰਦਰ ਨਹੀਂ ਆਇਆ, ਪ੍ਰਵੇਸ਼ ਨਹੀਂ ਕੀਤਾ, ਦਰਵਾਜ਼ੇ ਤੇ ਖਲੋਤਾ। ਉਹ ਜੋਬਨ ਨੂੰ ਕਹਿੰਦਾ, ਹੁਣ ਮੇਰੀ ਵਾਰੀ, ਘਰ ਛੱਡ ਦੇ। ਜੋਬਨ ਰਾਜ਼ੀ ਨਹੀਂ ਹੁੰਦਾ, ਕਦੀ ਛੱਡਣਾ ਨਹੀਂ ਚਾਹੁੰਦਾ, ਜਵਾਨੀ ਕਦੀ ਛੱਡਣਾ ਨਹੀਂ ਚਾਹੁੰਦੀ ਇਸ ਸਰੀਰ ਦੇ ਕਾਰਨ। ਮਨੁੱਖ ਅਨੇਕਾਂ ਤਰ੍ਹਾਂ ਦੇ ਕੁਸ਼ਤੇ ਖਾਂਦਾ, ਪਿਜੀਨਾ ਖਾਂਦਾ, ਖੁਰਾਕਾਂ ਖਾਂਦਾ, ਕਿਸੇ ਤਰ੍ਹਾਂ ਜਵਾਨੀ ਕਾਬਜ਼ ਰਹੇ, ਪਰ ਕਹਿੰਦੇ ਨੇ ਦਰਵਾਜ਼ੇ ਤੇ ਖਲੋਤਾ ਬੁਢੇਪਾ। ਤੇ ਮੈਂ ਅਰਜ਼ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਕਾਬਜ਼ ਹੋਵੇ ਜਿਹੜਾ ਆਦਮੀ, ਘਰ ਤੇ ਕਾਬਜ਼ ਹੋਵੇ ਉਹ ਤੇ ਬੇਸ਼ੱਕ ਨਿਰਮਲ ਹੋਵੇ ਤਦ ਵੀ ਬਲਵਾਨ ਹੁੰਦਾ ਹੈ, ਕਿਉਂਕਿ ਕਾਬਜ਼ ਹੈ। ਪਰ ਮੈਂ ਕਿਹਾ ਕਿਹੜੀ ਅਜੀਬ ਘਟਨਾ ਹੈ, ਬਾਣੀ ਅੰਦਰ ਸਤਿਗੁਰੂ ਨੇ ਬਿਆਨ ਕੀਤਾ, ਕਹਿੰਦੇ ਨੇ ਜੋਬਣ ਘਰ ਦਾ ਮਾਲਕ ਘਰ ਵਿੱਚ ਬੈਠਾ ਹੈ, ਤੇ ਜਰ ਜਿਹੜਾ ਹੈ ਬੁਢੇਪਾ ਜਿਹੜਾ ਉਹ ਦਰਵਾਜ਼ੇ ਤੇ ਖਲੋਤਾ ਹੈ, ਕਹਿੰਦਾ ਮੈਂ ਖਾਲੀ ਕਰਾਉਣਾ ਹੈ ਮਕਾਨ, ਉਹ ਕਹਿੰਦਾ ਨਹੀਂ ਕਰਨਾ। ਅਖੀਰ ਨੂੰ ਜੋਬਣ ਨੂੰ ਜਰ ਦੇ ਸਾਹਮਣੇ, ਬੁਢੇਪੇ ਦੇ ਸਾਹਮਣੇ ਹਾਰਨਾ ਪੈਂਦਾ ਹੈ।
ਉਹ ਕਹਿੰਦੇ ਨਹੀਂ ਜਰ ਆਈ ਜੋਬਣ ਹਾਰਿਆ। ਜਦੋਂ ਬੁਢੇਪਾ ਆਇਆ ਜਵਾਨੀ ਹਾਰ ਗਈ ਉਹਦੇ ਸਾਹਮਣੇ। ਇਸ ਲਈ ਗੁਰੂ ਨੇ ਇੱਕ ਗੱਲ ਆਖੀ, ਕਹਿਣ ਲੱਗੇ ਭਰਿਆ ਆਪਣਾ ਭਜਸ ਭਜਸ ਕੰਮ ਬਹਾਈ ਇਹਨੇ ਤੱਤੋਂ ਜਾਣਾ ਆਵੇ ਅੰਤ ਨਾ ਭਜਿਆ ਜਾਈ। ਜੋ ਕੁਛ ਕਰੇ ਸੋਈ ਅਭਿਸਾਰ, ਹੁਣੇ ਜੋ ਕੁਝ ਕਰ ਲਏਗਾ ਉਹ ਹੀ ਚੰਗਾ ਹੈ। ਸਾ ਕਹਿੰਦੇ ਸ੍ਰੇਸ਼ਟ ਕਹਿੰਦੇ ਜੋ ਕੁਝ ਹੁਣ ਕਰ ਲਏਗਾ ਇਹੋ ਚੰਗਾ ਹੈ। ਸਤਿਗੁਰ ਨੇ ਬਾਣੀ ਵਿੱਚ ਆਖਿਆ ਨਾ, ਕਹਿਣ ਲੱਗੇ ਰਹਿਣ ਗਈ ਮਤ ਦਿਨ ਵੀ ਜਾਏ। ਰਾਤ ਕਹਿੰਦੇ ਨੇ ਅੰਧੇਰੇ ਨੂੰ, ਕਾਲਖ ਨੂੰ ਕਾਲਾ ਹੁੰਦਾ ਅੰਧੇਰਾ, ਤੇ ਦਿਨ ਚਾਨਣ ਹੁੰਦਾ ਚਿੱਟਾ ਹੁੰਦਾ। ਕਹਿਣ ਲੱਗੇ ਜੋਬਨ ਤੇ ਬੁਢੇਪੇ ਦੀ ਸੰਗਿਆ ਦੇ ਰਹੇ ਨੇ, ਕਹਿੰਦੇ ਨੇ ਰਹਿਣ ਗਈ ਭਾਵ ਰਾਤ ਵਰਗੇ ਜਿਹੜੇ ਕਾਲੇ ਕੇਸਾਂ ਨੂੰ ਚਲੇ ਗਏ, ਮਤ ਦਿਨ ਵੀ ਜਾਏ ਕਿਤੇ ਬੁਢੇਪੇ ਵੀ ਨਾ ਐਵੇਂ ਗਵਾ ਲਈ। ਭਵਰ ਗਏ ਭਵਰਾ ਕਾਲਾ ਹੁੰਦਾ, ਬਗ ਬੈਠੇ ਆਏ ਬਗਲਾ ਚਿੱਟਾ ਹੁੰਦਾ। ਕਹਿਣ ਲੱਗੇ ਭਵੜੇ ਉੱਡ ਗਏ ਬਗਲੇ ਆ ਗਏ। ਅਜੇ ਤੱਕ ਵੀ ਤੂੰ ਚੇਤਾ ਨਹੀਂ ਕਰਦਾ, ਸਮਝਦਾ ਨਹੀਂ ਕਿ ਸਮਾਂ ਤੇਰੇ ਹੱਥ ਨੇ, ਇਹਨੇ ਰੋਕਿਆ ਰੁਕਣਾ ਨਹੀਂ ਚਲਾ ਜਾਣਾ। ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਜੋ ਕੁਛ ਕਰੇ ਸੋਈ ਅਨਸਾਰ, ਉਹਨੇ ਜੋ ਕੁਝ ਕਰ ਲਏਗਾ ਇਹੋ ਚੰਗਾ। ਫਿਰ ਪਛਤਾਓ ਨਾ ਪਾਵੋ ਪਾ, ਫਿਰ ਤਾਂ ਪਛਤਾਵਾ ਹੀ ਕੋਲ ਰਹਿ ਜਾਏਗਾ ਜਦੋਂ ਉੱਥੋਂ ਸਮਾਂ ਚਲਾ ਜਾਏ। ਸਮਾਂ ਗਿਆ ਹੋਇਆ ਕਦੀ ਵਾਪਸ ਨਹੀਂ ਪਰਤਦਾ। ਅਗਲੇ ਪਾਸੇ ਕਹਿਣ ਲੱਗੇ ਸੋ ਸੇਵਕ ਜੋ ਲਾਇਆ ਸੇਵ, ਤਿਨੀ ਪਾਏ ਨਿਰੰਜਨ ਦੇਵ। ਜਿਸ ਤੇ ਰਹਿਮਤ ਹੋ ਕੇ ਜਿਸ ਨੂੰ ਆਪਣੀ ਸੇਵਾ ਵਿੱਚ ਮਾਲਕ ਨੇ ਆਪ ਲਾ ਲਿਆ। ਗੁਰਮਿਲ ਤਾਂ ਕੇ ਖੁੱਲੇ ਕਪਾਟ, ਬਾਹਰ ਨਾ ਹੋਵੇ ਜਮੀਨ ਪਾਠ। ਕਹਿਣ ਲੱਗੇ ਉਹ ਕਪਾਟ ਖੁੱਲ੍ਹਣੇ, ਦਰਵਾਜ਼ਾ ਖੁੱਲ੍ਹਣਾ, ਗਿਆਨ ਦਾ ਚਾਨਣ ਆਉਣਾ, ਉਹਦੇ ਵਿੱਚ ਇੱਕ ਆਵਾਜ਼ ਆਈ ਗਿਆਨ ਦੇ ਚਾਨਣ ਵਿੱਚ। ਇਹ ਤੇਰਾ ਉਸ ਸਮਾਂ, ਤੇਰੇ ਹੱਥ ਮੁੜ ਨਹੀਂ ਆਉਣਾ। ਇਹ ਤੇਰਾ ਉਸ, ਇਹ ਤੇਰੀ ਬਾਤ, ਕੱਟ ਭੀਤਰ ਤੂੰ ਦੇਖ ਵਿਚਾਰ। ਹੁਣ ਆਖਰੀ ਲਾਈਨ ਨੂੰ ਜਿਹਨੂੰ ਆਪਾਂ ਕੇਕ ਬਣਾਇਆ ਉਹਨੂੰ ਚੰਗੀ ਤਰ੍ਹਾਂ ਸਮਝ। ਕਹਿਣ ਲੱਗੇ ਕਹਿਤ ਕਬੀਰ ਜੀਤ ਕੈ ਹਾਰ, ਜ਼ਿੰਦਗੀ ਦੀ ਇੰਨੀ ਗਨੀਮਤ ਚੀਜ਼ ਜੀਵਨ ਜਿਹੜਾ ਜਿਹੜਾ ਤੈਨੂੰ ਮੁੜ ਕੇ ਕਿਤੋਂ ਮਿਲਣਾ ਨਹੀਂ, ਹੱਥੋਂ ਗਿਆ ਹੋਇਆ ਵਾਪਸ ਨਹੀਂ ਆਉਣਾ। ਇਹਦਾ ਇੱਕ ਇੱਕ ਪਲ ਬੜਾ ਕੀਮਤੀ ਹੈ। ਕਹਿਣ ਲੱਗੇ ਇਹ ਕੀਮਤੀ ਚੀਜ਼ ਕਿਤੇ ਹਾਰ ਨਾ ਜਾਏ, ਇਹ ਹਾਰ ਨਾ ਜਾਏ। ਜੀਵਨ ਕੀਮਤੀ ਹੈ, ਕਿਤੇ ਹਾਰ ਨਾ ਜਾਏ। ਇਹਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਕਹਿਣ ਲੱਗੇ ਪਰ ਮੈਨੂੰ ਦੁੱਖ ਹੈ, ਅਫਸੋਸ ਹੈ ਕਿ ਮੈਂ ਸੰਸਾਰ ਨੂੰ ਇਹ ਗੱਲ ਸਮਝਾਉਂਦਾ ਸਮਝਾਉਂਦਾ ਦਿਨ ਰਾਤ ਉੱਚੀਆਂ ਉੱਚੀਆਂ ਆਵਾਜ਼ਾਂ ਦੇ ਕੇ ਆਖਿਆ, ਲੋਕੋ ਸਮਝ ਜਾਓ ਕਿਤੇ ਹਾਰ ਨਾ ਜਾਇਓ। ਬਹੁ ਵਿਧ ਕਹੋ ਪੁਕਾਰ ਪੁਕਾਰ ਪੁਕਾਰ, ਹਮੇਸ਼ਾ ਆਦਮੀ ਉੱਚੀ ਕਰਦਾ ਗੱਲ ਤੇ ਐਸਤਾ ਵੀ ਕਰਦਾ।
ਆਲਸ਼ਤਾ ਵੀ ਹੋ ਜਾਂਦੀ ਹੈ। ਦੋ ਭਰਾ ਬੈਠੇ ਹੋਣ, ਗੱਲ ਕਰਦੇ ਹੋਣ, ਦੂਜੇ ਨੂੰ ਪਤਾ ਵੀ ਨਹੀਂ ਕਈ ਵਾਰੀ ਹੁੰਦਾ। ਪਰ ਪੁਕਾਰ ਦਾ ਅਰਥ ਹੀ ਇਹੋ ਹੈ ਜਦੋਂ ਉੱਚੀ ਆਵਾਜ਼ ਵਿੱਚ ਆਖਿਆ ਜਾਵੇ। ਗੁਰੂ ਨੇ ਬੜੀ ਥਾਂ ਤੇ ਇੱਕ ਥਾਂ ਲਫ਼ਜ਼ ਵਰਤੇ, ਕਹਿਣ ਲੱਗੇ ਮੈਂ ਕੂਕਾਂ ਮਾਰ ਕੇ, ਚਾਂਗਰਾਂ ਮਾਰ ਮਾਰ ਕੇ ਤੈਨੂੰ ਸਮਝਾਉਣ ਦੀ, ਪੁਕਾਰ ਪੁਕਾਰ ਕੇ ਆਵਾਜ਼ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਤੂੰ ਸ਼ੈਤਾਨ ਦਾ ਬਣਾਇਆ ਹੋਇਆ, ਮਨਮੁਖਤਾ ਦਾ, ਮਨ ਦਾ ਬਣਾਇਆ ਹੋਇਆ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਸਤਿਗੁਰ ਬਾਣੀ ਇੱਕ ਥਾਂ ਬੜੇ ਖੂਬਸੂਰਤ ਐਗਜ਼ਾਮਪਲ ਦਿੱਤੇ, ਕਹਿੰਦੇ ਨੇ ਜੇ ਕਿਸੇ ਬੋਲੇ ਨੂੰ ਕੋਈ ਸਮਝਾਏ, ਉੱਥੇ ਸਮਝਾਉਣ ਲਈ ਉਹਦੇ ਸਾਹਮਣੇ ਸਿਮਰਤੀਆਂ ਦੇ ਪਾਠ ਕਰੇ, ਕੋਈ ਫਾਇਦਾ ਹੋਵੇਗਾ? ਕੰਨਾਂ ਤੋਂ ਬੋਲਣਾ ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ, ਜੇ ਕੋਈ ਅੰਧਾ ਹੋਵੇ ਤੇ ਉਹਦੇ ਸਾਹਮਣੇ ਕੋਈ ਦੀਵਾ ਬਾਲ ਕੇ ਰੱਖੇ ਤੇ ਉਹਨੂੰ ਉਸਦੀ ਰੋਸ਼ਨੀ ਮਿਲ ਸਕਦੀ? ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ। ਆਦਮੀ ਅੰਧਾ ਹੈ, ਇੱਕ ਆਦਮੀ ਬੋਲਾ, ਪਰ ਦੋਵਾਂ ਕੋਲ ਇੱਕ ਇੱਕ ਚੀਜ਼ ਦੀ ਘਾਟ ਹੈ ਨਾ। ਅੰਧੇ ਕੋਲ ਅੱਖਾਂ ਨੇ, ਬੋਲੇ ਕੋਲ ਕੰਨ ਨੇ। ਜਿਹਦੇ ਕੋਲ ਕੰਨ ਨੇ ਉਹਨੂੰ ਸਹਿਣਤ ਨਾਲ ਤੇ ਸਮਝਾਇਆ, ਇਸ਼ਾਰੇ ਨਾਲ ਤਾਂ ਸਮਝਾਇਆ ਜਾ ਸਕਦਾ ਨਾ, ਉਹ ਦੇਖ ਸਕਦਾ। ਤੇ ਜਿਹਦੇ ਕੋਲ ਅੱਖਾਂ ਹਨ, ਅੱਖਾਂ ਨਹੀਂ ਤੇ ਕੰਨ ਨੇ, ਉਹਨੂੰ ਕੋਈ ਆਵਾਜ਼ ਦੇ ਕੇ ਸਮਝਾ ਸਕਦਾ। ਨਵੀਨਾ ਅੱਖਾਂ ਨਹੀਂ, ਉਹਨੂੰ ਕੋਈ ਆਵਾਜ਼ ਦੇ ਕੇ ਸਮਝਾ ਸਕਦਾ, ਭਲਿਆ ਅੱਗੇ ਨਾ ਜਾਈ, ਅੱਗੇ ਖੂਹ ਹੈ। ਪਰ ਬਦਕਿਸਮਤੀ ਜੇ ਭਲਾ ਇੱਕੋ ਹੀ ਮਨੁੱਖ ਅੰਧਾ ਵੀ ਹੋਵੇ, ਬੋਲਾ ਵੀ ਹੋਵੇ, ਅੰਧਾ ਵੀ ਹੋਵੇ, ਬੋਲਾ ਵੀ ਹੋਵੇ, ਕੀ ਕਰੂ? ਗੁਰਬਾਣੀ ਅੰਦਰ ਸਤਿਗੁਰੂ ਨੇ ਅੰਧੇ ਬੋਲੇ ਦਾ ਜ਼ਿਕਰ ਇੱਕ ਲਫ਼ਜ਼ ਨਾਲ ਵਰਤਿਆ, ਕਹਿਣ ਲੱਗੇ ਕਹਿਣ ਲੱਗੇ। ਬੇਸ਼ੱਕ ਅੱਖਾਂ ਨਾ ਹੋਣ, ਸੁਣ ਸਕਦਾ। ਪਰ ਇੱਕ ਖਿਆਲ ਕਰਿਓ ਕਿ ਕੋਈ ਮਨੁੱਖ ਬੋਲਾ ਹੋਵੇ, ਵਾਜਾ ਨਾ ਸੁਣੇ,
ਪਰ ਅੱਖਾਂ ਹੁਣ ਉਹ ਨਿਰਤ ਵੇਖ ਸਕਦਾ ਹੈ, ਕਿਉਂਕਿ ਨਿਰਤ ਵਿੱਚ ਅਤੇ ਵਾਜੇ ਵਿੱਚ ਦੋ ਚੀਜ਼ਾਂ ਦੀ ਕਿਰਿਆ ਵੱਖਰੀ ਹੈ। ਨਿਰਤ ਵੇਖਿਆ ਜਾ ਸਕਦਾ ਹੈ, ਵਾਜਾ ਸੁਣਿਆ ਜਾ ਸਕਦਾ ਹੈ। ਕਹਿਣ ਲੱਗੀ ਕਿਹੜੀ ਅਜੀਬ ਗੱਲ ਹੈ, ਗੁਰਮੁਖ ਜਿਹੜਾ ਉਹਦਾ ਜੀਵਨ ਇੱਕ ਨਿਰਤ ਹੈ। ਨਾਚ ਰਹੇ ਮਨ ਗੁਰ ਕੇ ਅੱਗੇ, ਗੁਰ ਕੇ ਬਾਣੀ ਨਾਚੇ ਤਾਂ ਸੁਖ ਪਾਵੇ ਅੰਤੇ ਜਮ ਪਉ ਪਾਕੇ। ਸਤ ਸੰਤੋਖ ਵੱਜੇ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ। ਗੁਰੂ ਸਤ ਸੰਤੋਖ ਦਾ ਤਾਲ ਵਜਾਉਂਦਾ ਅਤੇ ਤਾਲ ਉੱਤੇ ਹਮੇਸ਼ਾ ਨਾਚ ਹੁੰਦਾ, ਨਿਰਤ ਹੁੰਦਾ। ਗੁਰੂ ਸਤ ਸੰਤੋਖ ਦਾ ਤਾਲ ਵਜਾਉਂਦਾ ਅਤੇ ਗੁਰਮੁਖ ਉਸ ਤਾਲ ਉੱਤੇ ਜੀਵਨ ਦਾ ਨਿਰਤ ਕਰਦਾ। ਕਹਿਣ ਲੱਗੇ ਪਰ ਕਿਹੜੀ ਅਜੀਬ ਗੱਲ ਹੈ, ਜਾਂ ਤਾਂ ਕਿਸੇ ਗੁਰਮੁਖ ਦੇ ਜੀਵਨ ਨੂੰ ਵੇਖ ਕੇ ਸਿੱਖਿਆ ਲੈ ਲੈ, ਜਾਂ ਗੁਰੂ ਜੋ ਦੱਸ ਰਿਹਾ ਬੋਲ ਕੇ ਦੱਸ ਰਿਹਾ ਉਹਨੂੰ ਸੁਣ ਕੇ ਸਿੱਖਿਆ ਲੈ ਲੈ। ਪਰ ਕਰਾਂ ਕੀ? ਕਹਿਣ ਲੱਗੇ ਹੇ ਮਨ ਮੈਂ ਤਾਂ ਹੈਰਾਨ ਹਾਂ, ਤੂੰ ਪੜ੍ਹਨਾ ਵੀ ਹੈ ਅਤੇ ਬੋਲਾ ਵੀ। ਹੇ ਮਨ ਤੂੰ ਅੰਧਾ ਵੀ ਹੈ ਅਤੇ ਬੋਲ। ਅੰਧਾ ਹੋਣ ਕਰਕੇ ਤੈਨੂੰ ਗੁਰਮੁਖ ਦਾ ਜੀਵਨ ਨਹੀਂ ਦਿਸਦਾ, ਨਿਰਤ ਵੀ ਨਹੀਂ ਦਿਸਦਾ। ਮੈਂ ਤਾਂ ਨਿਰਤ ਵੀ ਤੇਰੇ ਸਾਹਮਣੇ ਰੱਖ ਦਿੱਤਾ, ਵਾਜੇ ਵੀ ਵਜਾ ਕੇ ਤੇਰੇ ਸਾਹਮਣੇ ਰੱਖ ਦਿੱਤੇ, ਤੂੰ ਬੋਲਾ ਵੀ ਹੈ ਅੰਧਲਾ। ਕਰਾਂ ਕੀ? ਮੈਂ ਤਾਂ ਤੈਨੂੰ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ, ਪੁਕਾਰ ਪੁਕਾਰ ਕੇ ਤੂੰ ਸਮਝਿਆ ਨਹੀਂ। ਕਹਿਣ ਲੱਗੀ ਨਿਰਤ ਕਰੇ ਬਹੁ ਗੁਜ਼ਰ ਗਿਆ ਪਰ ਮਨ ਸਮਝ ਨਹੀਂ ਰਿਹਾ। ਗੁਰੂ ਕਹਿਣ ਲੱਗੇ ਬਹੁ ਬਿਧ ਕਹਿਓ, ਬਹੁ ਬਿਧ ਕਹਿਓ, ਪੁਕਾਰ ਬੋਲੇ ਸੋਨਿਆ।
ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਨੂੰ ਸੁਰੱਖਿਅਤ ਕਰਨ ਲਈ ਹੈ, ਮਨੁੱਖ ਨੂੰ ਜਿਉਣ ਸਿਖਾਉਣ ਲਈ ਹੈ। ਜੀਵਨ ਮਿਲ ਗਿਆ, ਬਲਕਿ ਗਨੀਮਤ ਭਰਿਆ ਮਨੁੱਖਾ ਜਨਮ ਮਿਲ ਗਿਆ, ਕਿਉਂਕਿ ਜਿੰਨਾ ਗਿਆਨ ਹੁੰਦਾ ਉਹ ਮਨੁੱਖਾ ਜਨਮ ਨੂੰ ਸਮਝਾਉਣ ਵਾਸਤੇ ਹੈ। ਜਿੰਨੇ ਗ੍ਰੰਥ ਬਣੇ ਨੇ, ਜਿੰਨੇ ਸਾਧਨ ਬਣੇ ਨੇ ਸਮਝਾਉਣ ਦੇ, ਉਹ ਸਾਰੇ ਮਨੁੱਖ ਨੂੰ ਸਮਝਾਉਣ ਲਈ ਨੇ। ਅਤੇ ਤੁਸੀਂ ਦੇਖਦੇ ਹੋ ਮਨੁੱਖ ਹੀ ਇੱਕ ਐਸਾ ਜਿਹੜਾ ਸਭ ਤੋਂ ਵਿਗੜ ਗਿਆ, ਸਭ ਤੋਂ ਜ਼ਿਆਦਾ ਵਿਗੜਿਆ, ਜਿਹੜਾ ਸੁਭਾਅ ਜਾਨਵਰ ਵਿੱਚ ਹੈ, ਪੰਛੀ ਵਿੱਚ ਹੈ, ਚੰਗਾ ਹੈ, ਜਿੰਨਾ ਚੰਗਾ ਹੈ ਉਹਦੇ 'ਚ ਸੰਤੋਖ ਹੈ। ਵਿਚਾਰਾ ਥਾਂ ਥਾਂ ਤੋਂ ਦੋ ਦੋ ਚਾਰ ਚਾਰ ਦਾਣੇ ਚੁਣ ਕੇ ਖਾ ਕੇ ਸੰਤੁਸ਼ਟ ਹੋ ਜਾਂਦਾ ਹੈ, ਕੱਖਾਂ ਦੇ ਆਲਣੇ ਵਿੱਚ ਰਾਤ ਬਿਤਾ ਲੈਂਦਾ ਹੈ। ਮਨੁੱਖ ਨੂੰ ਇੰਨੇ ਸੁੱਖਾਂ ਦੇ ਸਮਾਨ ਮਿਲ ਗਏ ਨੇ, ਪਰ ਅਜੇ ਵੀ ਇਹਦੇ ਕੋਲ ਟਿਕਾਓ ਨਹੀਂ, ਵਿਗੜਿਆ ਹੋਇਆ ਮਨੁੱਖ ਹੀ ਹੈ। ਹਾਲਾਂਕਿ ਸਮਝਾਉਣ ਦੇ ਸਾਰੇ ਸਾਧਨ ਇਸੇ ਨੂੰ ਨੇ। ਅਤੇ ਗੁਰੂ ਕਹਿੰਦੇ ਨੇ ਬਹੁ ਬਿਦ ਕਹੋ ਪੁਕਾਰ ਪੁਕਾਰ, ਮੈਂ ਬੜੇ ਢੰਗ ਵਰਤੇ, ਵੱਖ ਵੱਖ ਢੰਗ ਵਰਤੇ ਇਹਨੂੰ ਸਮਝਾਉਣ ਲਈ, ਪਰ ਇਹ ਸਮਝ ਨਹੀਂ ਰਿਹਾ। ਗੁਰੂ ਬਖਸ਼ਿਸ਼ ਕਰੇ ਜੀਵਨ ਨੂੰ ਸਮਝਣਾ। ਸਤ ਉਸ ਦਿਨ ਲਾਈਨ ਆਈ ਸੀ ਗੁਰਬਾਣੀ ਦੀ ਇੱਕ, ਕਿ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ। ਇਹਨੂੰ ਤਾਂ ਜੀਵਨ ਦਾ ਤਰੀਕਾ ਹੀ ਨਹੀਂ ਆਇਆ, ਜੀਵਨ ਮਿਲ ਗਿਆ ਤਰੀਕਾ ਨਹੀਂ ਆਇਆ। ਕਹਿਣ ਲੱਗੇ ਜੀ ਕਿਵੇਂ ਮਿਲੇ? ਕਹਿਣ ਲੱਗੇ ਸਤਿਗੁਰ ਕੇ ਭਾਣੇ ਜੇ ਚੱਲੇ ਤਾਂ ਜੀਵਨ ਪਦਵੀ ਪਾਏ। ਉਹ ਲੋੜ ਸੀ ਗੁਰੂ ਦੇ ਹੁਕਮ ਵਿੱਚ ਚੱਲਣ ਦੀ, ਤਾਂ ਜੀਵਨ ਇਹਨੂੰ ਜਿਉਣਾ ਆ ਜਾਂਦਾ। ਇਹ ਗੱਲ ਇਸਨੂੰ ਮੁਸ਼ਕਲ ਨਜ਼ਰ ਆਉਂਦੀ, ਇਹ ਮੱਥੇ ਟੇਕ ਲੈਂਦਾ, ਸੁਣ ਲੈਂਦਾ ਗੱਲ, ਪਰ ਉਹਨੂੰ ਜੀਵਨ ਦਾ ਹਿੱਸਾ ਨਹੀਂ ਬਣਾਉਂਦਾ, ਇਹ ਕਮੀ ਹੈ। ਗੁਰੂ ਬਖਸ਼ਿਸ਼ ਕਰੇ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰ ਸਕਦੇ, ਅਸੀਂ ਇਹਦੇ ਅਧੀਨ ਚੱਲ ਕੇ ਆਪਣੀ ਮੰਜ਼ਿਲ ਪਾ ਸਕੀਏ, ਤਾਂ ਕਿ ਇਹ ਕੀਮਤੀ ਜੀਵਨ ਬਿਰਥਾ ਨਾ ਜਾਏ। ਬਿਰਥਾ ਨਾਮ ਬਿਨਾ ਤਨ ਅੰਧ ਮੁੱਖ ਆਵਤ, ਤਾਂ ਕਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ, ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ। ਬਾਰਿਸ਼ ਨਾ ਪਵੇ, ਪਾਣੀ ਦਾ ਕੋਈ ਸਾਧਨ ਨਾ ਹੋਵੇ, ਬੀਜ ਜਿੰਨਾ ਮਰਜ਼ੀ ਕੀਮਤੀ ਹੋਵੇ ਗਲ ਜਾਂਦਾ, ਖਰਾਬ ਹੋ ਜਾਂਦਾ, ਕੁਛ ਰਿਟਰਨ ਨਹੀਂ ਹੁੰਦੀ। ਕਹਿਣ ਲੱਗੇ ਇਹ ਸਰੀਰ ਇੱਕ ਬੀਜ ਸੀ, ਪਰ ਜੇ ਤੂੰ ਇਹਨੂੰ ਸਿੰਜੇਗਾ ਨਹੀਂ ਤਾਂ ਉਸ ਮੇਘ ਤੋਂ ਬਿਨਾਂ, ਪਾਣੀ ਤੋਂ ਬਿਨਾਂ ਜਿਵੇਂ ਖੇਤੀ ਖਤਮ ਹੋ ਜਾਂਦੀ ਹੈ, ਇਵੇਂ ਤਨ ਮਿਲਿਆ ਅਤੇ ਤਨ ਨੇ ਖਤਮ ਹੋ ਜਾਣਾ ਹੈ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ, ਗੁਰੂ ਦੀ ਅਗਵਾਈ ਬਖਸ਼ੇ ਇਹਨਾਂ ਸ਼ਬਦਾਂ ਨਾਲ, ਕਿ ਮੰਦਾ ਜਾ ਕੇ ਥਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।